ਹਾਂਜੀ ਵੈਲਕਮ ਟੂ ਗਾਇਜ਼, ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਨਵੇਂ ਬਲੌਗ 'ਚ। ਆਈ ਹੋ ਮਿੱਤਰੋ, ਸਾਰੇ ਘੈਂਟ ਹੋਊਗੇ ਪੂਰੀ ਪੂਰੀ ਘੈਂਟ ਤੇ ਹੁਣ ਚੱਲਦੇ ਆ ਮਿੱਤਰੋ। ਅੱਜ ਨਵੇਂ ਬਲੌਗ ਨਾਲ ਬਣ ਗਿਆ ਤੇ ਚੱਲੇ ਆ ਬਾਹਲਾ ਹੀ ਦੂਰ ਨੂੰ। ਕਰੋ ਚੈੱਕ, ਇਹ ਪਲੈਟੀਨਾ ਪਰ ਹੈ ਕਿਸੇ ਦਾ ਇਹ ਮੁੰਡੇ ਯਾਰ ਬੇਲੀ ਤਾਂ ਉਹਨੇ ਵੀ ਨਾਲੇ ਜਾਣਾ ਤੇ ਤਿਆਰੀ ਚੈੱਕ ਕਰੋ। ਫੀਡ ਵਾਲੇ ਥੈਲੇ ਜਿਹਦੇ 'ਚ ਟੈਂਟ ਟੂੰਟ ਆਪਣਾ ਸਾਰਾ ਕੁਛ ਆ, ਬੈਗ ਇੱਕ ਆਹ ਇੱਕ ਹੋਰ ਪਿਆ ਏ ਆਪਣਾ, ਅਤੇ ਤਿਆਰੀ ਬਣ ਗਈ ਤੀ। ਅਚਾਨਕ ਮੁੰਡੇ ਨੇ ਮੋਟਰਸਾਈਕਲ ਨਵਾਂ ਲਿਆ ਤਾਂ ਆਈਡੀਆਂ ਪਰ ਆਪਣੀਆਂ ਹੀ ਲੱਗ ਗਈਆਂ ਮੂਹਰੇ, ਅਤੇ ਹੁਣ ਚੱਲਦੇ ਯਾਰ ਬਾਹਲਾ ਲੇਟ ਹੋ ਗਏ, ਪਹਿਲਾਂ ਮਿਲਦੇ ਤੁਹਾਨੂੰ ਰਾਸਤੇ 'ਚ। ਅਤੇ ਗਾਈਸ ਘਰੋਂ ਨਿਕਲ ਗਏ ਆ ਅਤੇ ਹੁਣ ਚੱਲ ਰਹੇ ਆਪਣੇ ਯਾਰ ਬੇਲੀ ਦੇ ਪਿੰਡ ਨੂੰ। ਬਾਕੀ ਮੌਸਮ ਦਾ ਘੈਂਟ ਆ, ਗਰਮੀ ਬਾਹਲੀ ਹੋਈ ਹੋਈ ਆ ਅਤੇ ਕੰਮ ਪੂਰਾ ਹੀ ਗੈੜਾ ਯਾਰ, ਬੈਗ ਬਾਹਲੇ ਹੋ ਗਏ ਯਾਰ ਅਤੇ ਜੁਗਾੜ ਜਿਹਾ ਲਾਉਣਾ ਭੁੱਲ ਗਏ ਆਪਾਂ, ਜਿਹੜਾ ਕੈਰੀਅਰ ਜਿਹਾ ਲੱਗਦਾ, ਕਿਉਂਕਿ ਸਲਾਹ ਮਿੰਟੋ ਮਿੰਟ ਹੀ ਬਣ ਗਈ। ਬਾਕੀ ਸ਼ੀਸ਼ੇ ਸ਼ੂਸ਼ੇ ਲਾ ਲਏ ਕਰੋ ਚੈੱਕ, ਐਨ ਕਹਿੰਦੇ ਗੱਲਬਾਤ ਐਂਡ ਹੈ ਪੂਰੀ। ਅਤੇ ਹੁਣ ਚੱਲਦੇ ਆ ਮਿਲਾਉਂਦੇ ਤੁਹਾਨੂੰ ਉਹਦੇ ਨਾਲ ਵੀ, ਅਤੇ ਬਸ ਖਿੱਚਦੀ ਏ ਯਾਰ, ਟਾਈਮ ਬਾਹਲਾ ਹੋ ਗਿਆ ਯਾਰ, ਲੇਟ ਬਾਹਲੇ ਹੋ ਗਏ ਰਾਤ ਯਾਰ, ਤਿਆਰੀ ਨੂੰ ਬਾਹਲਾ ਟਾਈਮ ਲੱਗ ਗਿਆ ਤਾਂ ਉਹਦੇ ਕਰਕੇ ਨਾ ਫਿਰ ਲੇਟ ਅੱਖ ਖੁੱਲੀ ਹੈ ਥੋੜ੍ਹੀ ਜਿਹੀ, ਉੱਠਣਾ ਤਾਂ ਸਾਜਰੇ ਦਾ ਉਹਦੇ ਕਰਕੇ ਪੰਗਾ ਪੈ ਗਿਆ। ਚਲੋ ਕੋਈ ਨਾ, ਜੋ ਵੀ ਹੁੰਦਾ ਖਾਣੇ ਕਹਿੰਦੇ ਜੀ ਚੰਗਾ ਹੀ ਹੁੰਦਾ ਏ, ਬਥੇਰਾ ਟਾਈਮ ਪਿਆ ਵਾਧੂ। ਗਾਈ ਹੋ ਗਈ ਤਿਆਰੀ, ਦੇਸੀ ਜੁਗਾੜ ਲਾ ਲਿਆ ਮਿੱਤਰੋ ਪੂਰਾ ਅਸੀਂ, ਆਹ ਜੁਗਾੜ ਹੈ ਦੇਸੀ ਸਾਡਾ ਆਪਣਾ ਹੀ, ਇਹ ਬਾਹਲਾ ਘੈਂਟ ਹੈ ਜੁਗਾੜ, ਇੱਥੇ ਆ ਕੇ ਲਿਫਾਫੇ ਲਫੂਫੇ 'ਚ ਪਾ ਲਿਆ ਕੰਮ, ਅਤੇ ਹੁਣ ਚੱਲਦੇ ਆ। ਅਤੇ ਬਾਬੇ ਉਹ ਘਰੋਂ ਨਿਕਲ ਗਏ ਆ, ਕੰਮ ਪੂਰਾ ਕੈੜਾ ਐਨ ਸਿਖਰਾਂ 'ਤੇ ਹੈ, ਅਤੇ ਮੌਸਮ ਵੀ ਬਾਹਲਾ ਕਹਿਰ ਵਾਲਾ ਹੋ ਗਿਆ ਇੱਧਰ ਵਾਲਾ ਵੀ, ਅਤੇ ਮਿੱਤਰੋ ਮੁੰਡਾ ਚੈੱਕ ਕਰੋ ਨਾਲ ਕਿਹੜਾ ਐਨ ਹੋ ਗਏ ਟਾਈਮ ਪੂਰੇ ਝੋਟੇ, ਕਹਿੰਦੇ ਕੰਮ ਪੂਰਾ ਕੈੜਾ। ਹੁਣ ਆਪਾਂ ਜਾ ਰਹੇ ਹਾਂ ਬਾਬੇ ਉਹ, ਬਸ ਦੇਖੀ ਜਾਓ ਜਿੱਥੇ ਤੱਕ ਜਾ ਹੋਇਆ ਉੱਥੇ ਤੱਕ ਜਾਵਾਂਗੇ, ਪਟਾਕੇ ਪਾਵਾਂਗੇ, ਬਾਅਦ 'ਚ ਠੰਡੇ ਇਲਾਕੇ 'ਚ ਪੈਣਾ ਜਾ ਕੇ ਅਸੀਂ ਟੈਂਟ ਲਾ ਕੇ, ਅਤੇ ਹੁਣ ਪਹਿਲਾਂ ਪਵਾ ਲਈਏ ਜਾ ਕੇ ਤੇਲ। ਅਤੇ ਮਿੱਤਰੋ ਤੇਲ ਦੀ ਕਰਾ ਲਈ ਟੈਂਕੀ ਫੁੱਲ, ਕਰੋ ਚੈੱਕ ਹੈਗੀ ਤੱਕ, ਗੱਲਬਾਤ ਪੂਰੀ ਹੋ ਗਿਆ, ਮੌਸਮ ਵੀ ਬਾਹਲਾ ਕਹਿਰ ਵਾਲਾ ਹੈ, ਬਾਕੀ ਪਵਿੱਤਰ ਮੀਂਹ ਪੈਣਾ, ਮੀਂਹ ਹੁਣ ਮੀਂਹ ਪੈਣਾ, ਮੀਂਹ ਤਾਂ ਪਹਿਲਾਂ ਤਾਂ ਇੱਧਰ ਵਾਲਾ ਇਲਾਕਾ ਮੀਂਹ ਵਾਲਾ ਕੱਢੀਏ, ਪਹਿਲੇ ਨਹੀਂ ਹੜਨਾ ਆਪਾਂ ਨੇ, ਰੋਪੜ ਪਹੁੰਚ ਗਏ ਤੇ ਆਹ ਪਹਾੜੀਆਂ ਚੈੱਕ ਕਰੋ, ਇੰਨੇ ਰੋਪੜ ਕਿਹਨਾਂ ਵਾਲੀਆਂ, ਫੇਰ ਤੁਹਾਨੂੰ ਅਸਲੀ ਪਹਾੜੀਆਂ ਚੈੱਕ ਕਰਾਵਾਂਗੇ, ਇਹ ਤਾਂ ਟਾਵੀ ਟਾਵੀਆਂ ਆਉਂਦੀਆਂ ਹੀ ਆ ਵਿੱਚ ਨੂੰ, ਅਤੇ ਅਸਲੀ ਵਾਲੀਆਂ ਦਿਖਾਉਣੇ ਆ ਤੁਹਾਨੂੰ। ਮੌਸਮ ਬਾਹਲਾ ਹੁਣ ਇੱਧਰ ਵੀ ਮੀਂਹ ਵਾਲਾ, ਮੈਂ ਸਰੱਭਾ ਮੀਂਹ ਨਾ ਪਾਈ, ਹਲੇ ਕੰਮ ਪੂਰਾ ਕਹਿਣਾ, ਅੱਜ ਸ਼ਾਮ ਤੱਕ ਪਹੁੰਚ ਜਾਂਗੇ ਪਵਿੱਤਰ, ਆਪਾਂ ਨੇ ਪਹੁੰਚਣਾ ਹੈ ਪਰ ਪਹੁੰਚਾਂਗੇ ਨਹੀਂ ਆ ਮੇਨ, ਇੱਥੇ ਆਪਾਂ ਨੇ ਉੱਥੇ ਦਾ ਚੱਲ ਹਲੇ ਕਿੱਥੇ ਆ, ਹੌਲੀ ਹੌਲੀ ਜਾ ਹੋਣਾ, ਪਤਾ ਨਹੀਂ ਕਿੰਨੇ ਕਿੰਨੇ ਲੱਗ ਜਾਣਗੇ, ਅਤੇ ਹੌਲੀ ਹੌਲੀ ਤੁਹਾਨੂੰ ਸਾਰੀਆਂ ਚੀਜ਼ਾਂ ਮਿੱਤਰੋ ਦਿਖਾਉਂਦੇ ਜਾਣਾ, ਐਨ ਸਰਿਆ ਚੀਜ਼ਾਂ ਪੂਰੀਆਂ। ਬਸ ਚੈਨਲ ਨੂੰ ਗੱਲ ਲਓ ਮਿੱਤਰੋ ਸਬਸਕ੍ਰਾਈਬ, ਰਾਸਤੇ 'ਚ ਰੁਕੇ ਆ ਮਿੱਤਰ ਸਿੰਘ, ਕਹਿੰਦਾ ਕਹਿੰਦਾ ਬੈਗ ਕਹਿੰਦਾ ਟੇਢਾ ਹੋ ਗਿਆ, ਤਾਂ ਮੈਂ ਕਿਹਾ ਮਾੜਾ ਜੀ ਇਹ ਤਾਂ ਕਰਨੀ ਪਏਗਾ ਨਾ ਤੈਨੂੰ, ਮਾੜਾ ਜਿਹਾ ਬੈਠਾ ਜਿੱਕਣਾ ਥੋੜ੍ਹਾ ਜਿਹਾ ਢਾਸਣਾ ਜਿਹਾ ਲਾ ਕੇ, ਪਠਾਨਕੋਟ ਵਾਲੇ ਰੋਡ 'ਤੇ ਚੜ੍ਹੇ ਹੋਏ ਆ ਅਤੇ ਮਿੱਤਰੋ, ਅਤੇ ਪਠਾਨਕੋਟ ਰਹਿੰਦਾ 169 ਆ ਨਾ, 169 ਹੀ ਆ ਕੁਛ ਇੰਨਾ ਕਰੇ ਆ, 160 ਲਾ ਕੇ ਚਲੋ। ਅਤੇ ਆਹ ਚੈੱਕ ਕਰੋ ਮਿੱਤਰੋ ਪੂਰੀ ਧੱਕ ਪੈਂਦੀ, ਕਹਿੰਦੇ ਜੱਸਾ ਜੱਟ 735 ਨਿਊ ਚੰਡੀਗੜ੍ਹ ਤੋਂ ਜਿੱਥੇ ਤੱਕ ਜਾ ਹੋਇਆ, ਇਹ ਆ ਗਿਆ ਜੰਮੂ ਕਸ਼ਮੀਰ ਲਦਾਖ, ਬਾਕੀ ਜਿੱਥੇ ਤੱਕ ਕਹਿੰਦੇ ਪਹੁੰਚ ਹੋਇਆ ਉੱਥੇ ਤੱਕ ਜਾਵਾਂਗੇ ਪਾਵਾਂਗੇ ਤੱਕ, ਅਤੇ ਹੁਣ ਚੱਲਦੇ ਆ ਮਿੱਤਰੋ ਵੱਧਦੇ ਅੱਗੇ ਨੂੰ। ਕਹਿੰਦੇ ਡਰਾਈਵਰ ਹੀ ਪਵਿੱਤਰ ਕਰ ਰਹੇ ਆ ਪਵਿੱਤਰ, ਹੁਣ ਯਾਰ ਬੈਗ ਦੀ ਸੈਟਿੰਗ ਕਰਨੀ ਹੈ,
ਪੈਕ ਬੰਨ ਲਏ ਦੁਆਰੇ ਆ ਸੈੱਟ ਜੇ ਕਰਕੇ ਐਨ ਥੈਲੇ ਥੁੱਲੇ ਜੇ ਲੋਟ ਤੇ ਯਾਰ ਜਗ੍ਹਾ ਥੋੜੀ ਜਿਹੀ ਘੱਟ ਗਈ ਬਾਕੀ ਦੇਖਦੇ ਅੱਗੇ ਲਾਉਂਦੇ ਪਿੱਥਰ ਨੇ ਵਾਲੇ ਆ ਤੋਲੀ ਆ ਯਾਰ ਸੀਟ ਕਵਰ ਨਹੀਂ ਆਇਆ ਯਾਰ ਇਹਦਾ ਆਹ ਬੈਗ ਰਹਿ ਗਿਆ ਤਾਂ ਪੱਟ 'ਤੇ ਰੱਖਣਾ ਅੱਗੇ ਆਏ ਤੇ ਯਾਰ ਪਾਣੀ ਦੀ ਪਿਆਸ ਲੱਗ ਗਈ ਜੀ ਠੰਡਾ ਪਾਣੀ ਬੋਤਲਾਂ ਵਾਲਾ ਗਰਮ ਹੋ ਗਿਆ ਗੁਰਦੁਆਰਾ ਸਾਹਿਬ ਮਿਲਿਆ ਇੱਥੇ ਪੀ ਲਈ ਹੁਣ ਪਾਣੀ ਆ ਗਈਆਂ ਕਹਿੰਦੇ ਮੈਸਾਂ ਆ ਗਈਆਂ ਕਹਿੰਦੇ ਮੈਸਾਂ ਮਿੱਤਰੋ ਇਹ ਉਰੀ ਦਿਖਣੀਆਂ ਮੈਸਾਂ ਜਿੱਥੇ ਜਾ ਰਿਹਾ ਉੱਥੇ ਮੈਸਾਂ ਨਹੀਂ ਉੱਥੇ ਭੇਡਾਂ ਦਿਖਣੀਆਂ ਭੇਡਾਂ ਵੀ ਚਿੱਟੇ ਰੰਗ ਵਾਲੀਆਂ ਤਾਂ ਦਿਖਣੀਆਂ ਕਾਲੇ ਰੰਗ ਵਾਲੀਆਂ ਵੀ ਦਿਖਣੀਆਂ ਪਠਾਨਕੋਟ ਕਹਿੰਦੇ ਗਾਈਸ ਰਹਿ ਗਿਆ ਇੱਥੋਂ 95 ਕਿਲੋਮੀਟਰ ਲਵੇ ਲੱਗਣ ਵਾਲੇ ਕੰਮ ਬਾਹਰ ਖਿੱਚ ਕੇ ਰੱਖ ਪਵਿੱਤਰ ਦੇ ਲੈ ਲਈ ਜੀ ਡਰਾਈਵਰੀ ਆਪਾਂ ਨੇ ਤੇ ਯਾਰ ਮੌਸਮ ਬਾਹਲਾ ਕਹਿਰ ਵਾਲਾ ਹੋ ਗਿਆ ਤੇ ਮੀਂਹ ਵੀ ਆ ਗਿਆ ਸਾਨੂੰ ਲੱਗਦਾ ਸਟੇ ਕਰਨੀ ਪੈਣੀ ਸਾਨੂੰ ਬਾਹਲਾ ਹੀ ਕਹਿਣਾ ਹੋ ਗਿਆ ਸੋਚਿਆ ਤਾਂ ਪਠਾਨਕੋਟ ਜਾ ਕੇ ਐਨ ਪਠਾਨਕੋਟ ਜਾ ਕੇ ਕਰਾਂਗੇ ਸਟੇ ਸਿੱਧੀ ਉਹ ਤੇ ਕੰਮ ਬਾਹਲਾ ਕਿਹੜਾ ਹੋ ਗਿਆ ਯਾਰ ਦੇਖਦੇ ਆ ਕੋਈ ਜਗ੍ਹਾ ਜੁਗਾ ਜੀ ਵੀ ਹੈਗੀ ਤੇ ਬਾਕੀ ਦੇਖਦੇ ਆ ਜੇ ਰੱਬ ਹਟਾਏ ਦੇਵੇ ਯਾਰ ਵਾਲੇ ਕਿਣਮਕਣੀ ਵੀ ਹੈ ਪਰ ਆਪਾਂ ਰੋਕਦੇ 90 ਕਿਲੋਮੀਟਰ ਪਿਆ ਮਹਾਰਾਜੇ ਬਾਹਲਾ ਕੰਮ ਕਿਹੜਾ ਬਾਹਲਾ ਫਲੈਟ ਹੀ ਨਾ ਬੁੱਕ ਤਾਂ ਹੀ ਜਾਂਦਾ ਮਿੱਤਰੋ ਤੇ ਦੇਖ ਲਓ ਟੈਂਕੀ ਆਪਾਂ ਨੇ ਆਪਣੇ ਉੱਥੇ ਦੇ ਕਰਾਈ ਦੀ ਰੋਪੜ ਤੋਂ ਫੁੱਲ ਕਰਾਈ ਦੀ ਤੇ ਚੈੱਕ ਕਰੋ ਟੈਂਕੀ ਦਰਖਤ ਸੰਘਣੇ ਜੇ ਤੇ ਇੱਥੇ ਆਪਾਂ ਨੇ ਗੱਲ ਹੀ ਸਟੇ ਇੱਥੇ ਰੋਗੇ ਮੀਂਹ ਜ਼ਿਆਦੇ ਆ ਗਿਆ ਤਾਂ ਤੇ ਇੱਧਰ ਪਵਿੱਤਰ ਬਲੌਗਰ ਇੱਧਰ ਸ਼ੇਰਪੁਰ ਕੱਚਾਂ ਵਿੱਚ ਰੋਗੇ ਆ ਗਏ ਬਾਹਲਾ ਕੰਮ ਕਿਹੜਾ ਯਾਰ ਬਾਹਲਾ ਦਰਖਤ ਦਰੁਖਤ ਯਾਰ ਵਾਧੂ ਇੱਧਰ ਨੂੰ ਸਾਡੇ ਕਹਿੰਦਾ ਦਰਖਤ ਨਹੀਂ ਛੱਡੇ ਪਿੱਤਰੇ ਆਪਣੇ ਕਹਿੰਦਾ ਦਰਖਤ ਨਹੀਂ ਛੱਡੇ ਯਾਰ ਇੱਧਰ ਨੂੰ ਦਰਖਤ ਵਾਲੇ ਘੈਂਟ ਯਾਰ ਨਾਲੇ ਸੰਘਣੇ ਆ ਮੀਂਹ ਦੀ ਹੁਣ ਕਣੀ ਵੀ ਨਹੀਂ ਗਿਰ ਰਹੀ ਕੰਮ ਪੂਰਾ ਓਕੇ ਆ ਤੇ ਹਟੇ ਤੇ ਮੜਾ ਹਾਂ ਤੇ ਮੜਾ ਜਿਹਾ ਹਟੇ ਦੇ ਤੁਰਦੇ ਆ ਤੇ ਉਹ ਰੋਟੀ ਕੱਢ ਯਾਰ ਪਵਿੱਤਰ ਦੀ ਮਾਤਾ ਕਹਿੰਦੀ ਰੋਟੀ ਦੇ ਕੇ ਜਾਓ ਯਾਰ ਰੋਟੀ ਦੇ ਦਿੱਤੀ ਦੀ ਭੁੱਖ ਲੱਗ ਗਈ ਕਿੰਨਾ ਟਾਈਮ ਹੋ ਗਿਆ ਟਾਈਮ ਚੈੱਕ ਕਰਾ ਮਿੱਤਰੋ ਮੀਂਹ ਮੂੰਹ ਹਟ ਗਿਆ ਤੇ ਕੰਮ ਬਾਹਲਾ ਕਿਹੜਾ ਪਿੱਤਰ ਨੀ ਕਰਤਾ ਮੋਟਰਸਾਈਕਲ ਸਾਫ ਇੱਧਰ ਤਾਂ ਸੁੱਕਾ ਹੀ ਪਿਆ ਯਾਰ ਪਾਣੀ ਦੀ ਬੂੰਦ ਤੱਕ ਨੀ ਗਿਰੀ ਇੱਧਰ ਯਾਰ ਕਰਿਆਨੇ ਸਟੋਰ ਤੇ ਰੁਕੇ ਆ ਇੱਕ ਤੇ ਨੋਰਮਲ ਜਿਹਾ ਲੈ ਲਾ ਬਹੁਤਾ ਠੰਡਾ ਨਾ ਲਈ ਯਾਰ ਪਾਣੀ ਦਾ ਅਸੀਂ ਦੇਖਦੇ ਤੇ ਕੋਈ ਠੰਡੇ ਪਾਣੀ ਵਾਲਾ ਲੱਗਿਆ ਹੋਵੇ ਵੀ ਪਾਣੀ ਪੀ ਲਈਏ ਤੇ ਕਦੇ ਨਹੀਂ ਮਿਲਿਆ ਤੇ ਹੁਣ ਪਵਿੱਤਰ ਗਿਆ ਬੋਤਲੇ ਲੈਣ ਪਾਣੀ ਦੀ ਰੋਟੀ ਖਾ ਲਈ ਤੇ ਉਹਦੇ ਬਾਅਦ ਪਾਣੀ ਨਹੀਂ ਪੀਤਾ ਕਿ ਹੁਣ ਦੱਬ ਦਈਏ 65 ਕਿਲੋਮੀਟਰ ਹੈਗੀ ਸਿੰਗਲ ਰੋਡ ਤੇ ਬਾਬੇ ਹੁਣ ਖੜਾ ਛੁੱਟੇ ਆ ਘੱਟੋ ਘੱਟ 50-60 ਕਿਲੋਮੀਟਰ ਸਿੰਗਲੇ ਆਏ ਹਨਾ ਵਾਧੇ ਆਏ ਹੁਣੇ ਯਾਰ ਤੇ ਹੁਣ ਬਸ ਆਪਣਾ ਰਹਿ ਗਿਆ ਪਠਾਨਕੋਟ ਇੱਥੋਂ 55 ਕਿਲੋਮੀਟਰ ਡਬਲ ਰੋਡ ਤੇ ਚੜ੍ਹ ਗਏ ਹੁਣ ਹੁਣ ਆਪਾਂ ਨੇ ਖਿੱਚ ਕੇ ਹੋ ਜਾਣਾ ਉੜਦਿਆਂ ਨੇ ਜਾਣਾ ਮੌਸਮ ਘੈਂਟ ਹੈ ਇੱਧਰ ਨੂੰ ਤਾਂ ਯਾਰ ਪਿੱਛੇ ਮੀਂਹ ਤਾ ਤੇ ਇੱਧਰ ਨੂੰ ਬੱਚੇ ਧੁੱਪਾ ਨਿਕਲੀ ਜਾਂਦੀ ਆ ਬੱਦਲਬਾਜੀ ਹੋਈ ਜਾਂਦੀ ਆ ਤੇ ਮਤਲਬ ਸਹੀ ਆ ਮੌਸਮ ਹੈ ਇੱਧਰ ਤਾਂ ਮਾੜੀ ਜਿਹੀ ਕਣੀ ਵੀ ਨਹੀਂ ਗਿਰੀ ਹੋਈ ਇੱਧਰ ਮਤਲਬ ਲੱਗ ਗਈ ਆ ਟ੍ਰੇਨ ਨਾਲ ਰੇਸ ਆ ਜਾਂਦੀ ਆ ਟ੍ਰੇਨ ਇਹਦਾ ਕੱਟ ਤੇ ਝੋਟਾ ਮੁੱਕਦਾ ਹੀ ਜਾਂਦਾ ਮੁੱਕਦਾ ਹੀ ਪਠਾਨਕੋਟ ਚੱਲੇ ਆ ਪਹੁੰਚ 5 ਕਿਲੋਮੀਟਰ ਰਹਿ ਗਿਆ ਪਠਾਨਕੋਟ ਇੱਥੋਂ ਤੇ ਪਵਿੱਤਰ ਗਿਆ ਢਾਬੇ ਪਰ ਤੇ ਪਾਣੀ ਦੀ ਬੋਤਲ ਭਰਨ ਪਾਣੀ ਦੀ ਬੋਤਲ ਯਾਰ ਲਈ ਤੀ ਇੱਕ ਹੋਰ ਉਹ ਯਾਰ ਗਰਮ ਹੋ ਗਈ ਅਸੀਂ 2 ਘੁੱਟ ਪੀਤੇ ਤੇ ਅਸੀਂ ਕਿਹਾ ਚੱਲ ਅੱਗੇ ਪੀ ਲੂਗੇ ਯਾਰ ਰਿੱਝ ਦਾ ਪਾਣੀ ਹੋ ਗਿਆ ਜਮਾਂ ਹੀ ਤੇ ਹੁਣ ਪਾਣੀ ਦੀ ਬੋਤਲ ਲੈ ਲਈ ਆਹ ਚੈੱਕ ਕਰੋ ਬਾਕੀ ਬੈਗਾਂ ਦੀ ਐਨ ਸੈਟਿੰਗ ਆ ਗਈ ਓਕੇ ਪੂਰੀ ਕੰਮ ਪੂਰਾ ਘੈੜਾ ਐਨ ਪੂਰਾ
ਆਹ ਬੋਤਲ ਦੀ ਸਾਨੂੰ ਬਹੁਤ ਮੋਜ, ਆਹ ਬੋਤਲ ਅਸੀਂ ਪਤਾ ਇੱਥੇ ਕਾਹਤੇ ਬੰਨੀ ਹੈ, ਜੇ ਹੱਥ ਤੋਂ ਧੋਣੇ ਆ ਖੋਲੋ ਮਾੜੀ ਚੂੜੀ ਇਹਦੀ, ਜਦੇ ਹੱਥ ਤੋਂ ਸਕੀਮਾਂ ਪੂਰੀਆਂ ਲਾਈਆਂ ਹੋਈਆਂ। ਆਹ ਬਾਬੇ ਉਹ ਮਾੜਾ ਯਾਰ ਜਗ੍ਹਾ ਘੱਟ ਆ ਉਹਦੇ ਕਰਕੇ ਨਾ ਥੋੜ੍ਹਾ ਜਿਹਾ ਅੱਗੇ ਕਰ ਲਿਆ ਮੈਂ, ਇੱਥੇ ਕੁ ਤੱਕ ਆ ਹੋ ਜਾਂਦਾ ਕੰਮ। ਫਿਰ ਯਾਰ ਲੋਹਾ ਨਹੀਂ ਨਾ ਟੈਂਕੀ ਉਹਦੇ ਕਰਕੇ ਚੁੱਭਦੀ ਨਹੀਂ ਫਿਰ ਕੰਮ। ਹਾਲਤ ਚੈੱਕ ਕਰੋ, ਕੰਮ ਪੂਰਾ ਐਨ ਕੈੜਾ ਸਿਖਰਾਂ ਦੇ ਮਿੱਤਰੋ, ਪੂਰਾ ਓਕੇ ਮਿੱਟੀ ਨਾਲ ਯਾਰ ਕੱਪੜੇ ਕੁੱਪੜੇ ਜੇ ਤਾਂ ਗੰਦੇ ਹੋ ਗਏ, ਮਿੱਟੀ ਵਾਲੀ ਹੈ। ਚੱਲ ਕੋਈ ਨਾ, ਅੱਜ ਪਹੁੰਚਣਾ ਸੀ ਮੰਜ਼ਿਲ 'ਤੇ, ਪਹਿਲੀ ਮੰਜ਼ਿਲ 'ਤੇ ਆਪਣੀ ਤੁਹਾਨੂੰ ਦਿਖਾਈਏ। ਫਿਰ ਠੰਡੇ ਇਲਾਕੇ 'ਚ ਵੜ ਜਾਣਾ ਯਾਰ ਅੱਜ, ਗਰਮੀ ਹੋਰ ਨਹੀਂ, ਬਸ ਗਰਮੀ 'ਚ ਹੋਰ ਨਹੀਂ ਰਹਿਣਾ। ਦੋ ਕੁ ਘੰਟੇ ਦੀ ਗੱਲ ਹੈ, ਹੋਰ ਦੋ ਢਾਈ ਇੰਨੇ ਕੁ ਘੰਟੇ ਦੀ ਠੰਡੇ ਇਲਾਕੇ 'ਚ ਵੜਨੇ ਦੀ, ਅਤੇ ਠੰਡੇ ਇਲਾਕੇ 'ਚ ਮਿੱਤਰੋ ਵੜਨਾ ਹੀ ਵੜਨਾ ਅੱਜ, ਕੰਮ ਧੱਕ ਪਾਉਣੀ ਪੂਰੀ। ਯਾਰ ਦਾੜੀ ਦੂੜੀ ਕਟਾਈ ਨਹੀਂ ਹੋਈ, ਟਾਈਮ ਹੀ ਨਹੀਂ ਮਿਲਿਆ ਯਾਰ, ਬਾਹਲਾ ਕੰਮ ਕਿਹੜਾ ਹੋ ਗਿਆ ਤਾਂ। ਚਲੋ ਕੋਈ ਨਾ, ਇੱਧਰ ਸਾਰੇ ਲਚਕੋ ਪੈਕਿੰਗ ਵਾਲੇ ਹੀ ਜਾਂਦੇ, ਕਹਿੰਦੇ ਟੂਰਿਸਟ ਹੀ ਜਾਂਦੇ ਕਹਿੰਦੇ। ਮਿੱਤਰੋ ਮਿੱਤਰੋ ਜੰਮੂ ਰਹਿ ਗਿਆ 88 ਕਿਲੋਮੀਟਰ, ਮਾਹੌਲ ਹੋਣ ਲੱਗ ਗਿਆ ਚੈਨਲ ਵਾਲਾ, ਮਤਲਬ ਨੋਰਮਲ ਨੋਰਮਲ ਜਿਹਾ ਹੋ ਰਿਹਾ ਹਾਲੇ, ਠੰਡਾ ਕੰਮ ਆ ਬਾਕੀ ਕੰਮ ਐਨ, ਹਵਾਵਾਂ ਤਾਂ ਠੰਡੀਆਂ ਹੋਣ ਲੱਗ ਗਈਆਂ, ਧੁੱਪ ਹੈ ਹਾਲੇ ਥੋੜ੍ਹੀ ਥੋੜ੍ਹੀ, ਬਾਕੀ ਦੇਖਦੇ ਹਾਂ 88 ਕਿਲੋਮੀਟਰ ਦੇ ਅੱਗੇ ਕੀ ਹੈ ਹਨਾ। ਅਤੇ ਹੁਣ ਆਪਾਂ ਦੇਖਦੇ, ਆਪਾਂ ਹੁਣ ਚੈੱਕ ਕਰਾਉਂਦੇ ਤੁਹਾਨੂੰ 30 ਕਿਲੋਮੀਟਰ ਕੱਢ ਕੇ, ਦੇਖਦੇ ਕਿੰਨਾ ਕੁ ਫਰਕ ਪੈਂਦਾ ਹਨਾ। ਹੁਣ ਖਿੱਚਦੀ ਹੈ ਬਸ, ਝੋਟਾ ਬੁੱਕਦਾ ਹੀ ਜਾਂਦਾ ਅਤੇ ਸੂਈ ਇੰਨੀ ਗਹਿਰੀ ਹੈ, ਜੰਮੂ ਤੱਕ ਅੱਧਾ ਪੀ ਯੂ ਆ, ਅੱਧੀ ਟੈਂਕੀ ਆ ਆਰਾਮ ਦੇ, ਕੰਮ ਕਿਹੜਾ ਹੀ ਹੈ। ਇਹਦਾ ਰੋਮ ਰੋਮ ਖੋਲ ਕੇ ਲਿਆਉਣਾ ਨਵੇਂ ਦਾ, ਅਤੇ ਜਦ ਪਹਿਲਾਂ ਤਾਂ ਮੈਂ ਚੈੱਕ ਕਰਿਆ ਖਿੱਚ ਕੇ ਇਹ ਜਾਂਦਾ ਨਾ 75 'ਤੇ, ਦੇਖੋ ਇਹ ਲੱਗ ਗਿਆ 80 'ਤੇ ਜਾਣਾ, ਇਹ ਹੁਣ ਲੱਗ ਗਿਆ 80 'ਤੇ ਜਾਣ, ਇਹਦਾ 80 ਪਲੱਸ ਹੀ ਆਊਗਾ, ਕਿਆ ਪਤਾ 90 ਪਲੱਸ ਹੋ ਜਾਵੇ। ਕਰੋ ਚੈੱਕ ਮਿੱਤਰੋ, ਵੈਲਕਮ ਟੂ ਜੰਮੂ ਐਂਡ ਕਸ਼ਮੀਰ, ਕਰਤਾ ਵੈਲਕਮ ਹੈ ਓਏ, ਕਰਤਾ ਇਹਨਾਂ ਨੇ ਯੂਬਰਾਂ ਨੇ ਵੈਲਕਮ, ਐਡਾ ਦਾ ਮੋੜ ਲਿਆ ਯਾਰ, ਤੂੰ ਦੇਖਦਾ ਕਰਦੇ ਆ ਬੰਦਾ ਸਾਡਾ ਬਾਹਲਾ ਅਰਨੈਸ ਹੈ, ਬਾਹਲਾ ਕੰਮ ਕਿਹੜਾ ਹੋਈ ਜਾਂਦੀ ਟ੍ਰੇਨ ਜੰਮੂ ਵਾਲੀ ਹੈ। ਚਲੋ ਜੰਮੂ ਰਹਿ ਗਿਆ ਇੱਥੋਂ 60 ਕਿਲੋਮੀਟਰ, ਅਤੇ ਧੁੱਪ ਤਾਂ ਉੱਕਣਾ ਹੀ ਆ, ਅਤੇ ਪਵਾ ਲਈਏ ਟੈਂਕੀ ਰਹਿ ਗਈ ਤੀ ਅੱਧੀ, ਕਰਵਾ ਲਈਏ ਯਾਰ ਫਿਰ ਫੁੱਲ, ਉੱਧਰ ਤੇਲ ਵੀ ਮਹਿੰਗਾ ਹੋਣਾ, ਇੱਧਰ ਟੈਂਕੀ ਕਰਾ ਲਈ ਫੁੱਲ ਇਹਦੀ, ਫਿਰ 420 ਦਾ ਪੈ ਗਿਆ, ਅਤੇ ਪਾਣੀ ਭਰ ਲਿਆ ਯਾਰ, ਪਾਣੀ ਵੀ ਥੋੜ੍ਹਾ ਥੋੜ੍ਹਾ ਆਉਂਦਾ ਤਾਂ ਬੁੰਦ ਬੁੰਦ, ਅੱਧੀ ਕੁ ਬੋਤਲ ਭਰੀ ਤੀ, ਇੱਧਰ ਪਿਆਸਾ ਬੰਦਾ ਸਾਡਾ ਕਰ ਗਿਆ ਖਾਲੀ, ਟੈਂਕੀ ਹੋ ਗਈ ਫੁੱਲ, ਇੱਧਰ ਝੋਟੇ ਦੀ ਫਿਰ ਜਾਂਦੀ ਸੂਈ ਉੱਡਦੀ ਉਹ, ਇਹ ਪਹੁੰਚ ਗਈ ਬਸ, ਪਹੁੰਚ ਗਈ, ਚੱਕ ਲੈ ਜਾਂ ਆਣਦੇ, ਅੜਦੀ ਆ ਅੜਦੀ ਛਕ ਗਈ ਫੁੱਲ ਦੇ, ਪਹੁੰਚ ਗਈ ਆ। ਅਤੇ ਹੁਣ ਕਿੰਨਾ ਚੱਲਿਆ ਹੋਇਆ ਇਹ, 243 ਚਲਾਤਾ ਸੀ, ਹੁਣ 243 ਦੇ ਫਿਰ ਫੁੱਲ ਕਰਵਾ ਦੇ, ਚੱਲ ਗੱਡੀ ਸਿੰਮ ਵਾਲੇ ਦੇ ਰੁਕੇ ਆ, ਕਿੰਨੇ ਦੀ ਕਹਿੰਦਾ ਸਿੰਮ, 450 ਦੀ ਸਿੰਮ ਪਤਾ ਕਰਕੇ ਆਉਂਦੇ ਯਾਰ, ਬਾਕੀ ਜਾਂਦਾ ਮੈਂ ਬਾਬੇ ਉਹ ਸਿੰਮ ਲੈ ਲਿਆ, 450 ਰੁਪਏ ਲਾ ਤਾ ਖੜੇ ਪੈਰੀ, GB ਪਰ 1 ਮਿਲੀ ਯਾਰ, GB ਵੀ 1 ਦੇ ਯਾਰ, ਕਿਹੜੇ ਨੇ ਵੀ ਯਾਰ ਜੰਮੂ ਕਸ਼ਮੀਰ ਆਉਣਾ, ਮੇਰੇ ਭਰਾ ਨੇ ਪੋਸਟ ਪੇਡ ਸਿੰਮ ਲੈ ਕੇ ਉਹ ਆਇਓ ਯਾਰ, ਆਪਣੇ ਇੱਧਰ ਤੇ ਥੋੜਾ ਬਹੁਤਾ ਸਸਤਾ ਮਿਲ ਜਾਂਦਾ, ਉਹੀ 350-350 ਚ ਯਾਰ। ਚੱਲ ਹੁਣ ਤਾਂ ਆਪਾਂ ਨੇ ਬੰਝ ਕਢਾਇਆ ਹੀ, ਅਤੇ ਹੁਣ ਚੱਲਦੇ ਅੱਗੇ, ਇੱਧਰ ਮੋਟਰਸਾਈਕਲ ਪੈਸ਼ਨ ਖੜੇ ਸਾਰੇ, ਉਹ ਚੱਕੋ ਚੱਲ ਕੋਈ ਨਾ, ਚੱਲ ਚੱਲੀਏ ਟਾਈਮ। ਅਤੇ ਬਾਬੇ ਉਹ ਜੰਮੂ ਦੇ ਪਹਾੜ ਦੇਖਣ ਲੱਗ ਗਏ, ਕੰਮ ਬਾਹਲਾ ਹੀ ਕਿਹੜਾ, ਬਾਹਲਾ ਹੀ
ਹੁਣ ਮਾੜਾ ਯਾਰ ਮਾਹੌਲ ਜਿਹਾ ਹੋਇਆ, ਪਰ ਗਰਮੀ ਹਲੇ ਉੱਕਣਾ ਹੀ ਹੈ ਜਿਵੇਂ ਆਪਣੇ ਹੈ। ਹਲੇ ਤੱਕ ਕੋਈ ਵੀ ਮੌਸਮ ਦਾ ਫਰਕ ਨਹੀਂ ਦਿਖ ਰਿਹਾ, ਪਰ ਪਹਾੜ ਦਿਖਣ ਲੱਗ ਗਏ, ਹਰਿਆਈ ਦਿਖਣ ਲੱਗ ਗਈ। ਕਹਿੰਦੇ ਬਾਬੇ ਉਹ ਆਪਣੇ ਤਾਂ ਛੱਡੇ ਨਹੀਂ ਕੁਛ, ਹਰਿਆਈ ਵਾਲਾ ਦਰਖਤ ਦਰੁਖਤ ਸਫੈਦੇ ਸਫੂਦੇ ਦਾ ਬਹੁਤ ਘੱਟ ਦੇਖਦੇ। ਇੱਧਰ ਕਰੋ ਚੈੱਕ, ਪੈਣ ਲੱਗ ਗਈ ਮੈਂ ਤੱਕ, ਬਾਕੀ ਤੁਹਾਨੂੰ ਅੱਗੇ ਮਾਹੌਲ ਦਿਖਾਉਂਦੇ ਸਾਰਾ। ਬਸ ਅੱਜ ਦੁੱਖ ਕੱਟ ਲਿਆ ਗਰਮੀ ਵਾਲਾ, ਜਿਹੜਾ ਮੇਨ ਕੱਟਿਆ ਉਹਦੇ ਬਾਅਦ ਚਾਰ ਦਿਨ ਨੀਚੋ ਦੇ ਆ, ਉਹਦੇ ਬਾਅਦ ਉਹਨਾਂ ਦਾ ਫਿਰ ਵੀ ਗਰਮੀ ਜੇ ਹੈ, ਪਰ ਚਾਰ ਦਿਨ ਜ਼ਿਆਦਾ ਨੀਚੋ ਦੇ ਕੱਟੇ ਆ ਜੀ। ਅੱਬੇ ਉਹ ਜੰਮੂ ਪਹੁੰਚ ਚੱਲਿਆ, ਹਾਲਤਾਂ ਬਾਹਲੀਆਂ ਬੁਰੀਆਂ ਹੋਈਆਂ ਪਈਆਂ, ਮਿੱਟੀ ਨਾਲ ਭਰੇ ਪਏ ਆ, ਅਤੇ ਹਲੇ ਤੱਕ ਆਪਣੇ ਵਾਲਾ ਹੀ ਮੌਸਮ ਹੈ ਯਾਰ। 20 ਕਿਲੋਮੀਟਰ ਵੀ ਕਿੰਨਾ, 15 ਕੁ ਰਹਿ ਗਿਆ, 10-12 ਹੀ ਰਹਿ ਗਿਆ, 10-12 ਕਿਲੋਮੀਟਰ ਰਹਿ ਗਿਆ ਜੰਮੂ, ਅਤੇ ਮੌਸਮ ਆਪਣੇ ਵਾਲਾ ਹੀ ਹੈ। ਅਤੇ ਇੱਕ ਬਾਈ ਮਿਲਿਆ ਯਾਰ, ਉਹ ਕਹਿੰਦਾ ਇਹ ਵੀ ਯਾਰ ਕਸ਼ਮੀਰ ਵੀ ਕਹਿੰਦਾ ਹਲੇ ਗਰਮੀਓ ਹੈ, ਉਹਨੂੰ 100 ਕਿਲੋਮੀਟਰ ਅੱਗੇ ਹੋਰ ਜਾਣਾ ਪੈਣਾ, 100-120 ਕਿਲੋਮੀਟਰ, ਅਤੇ ਮੋਟਰਸਾਈਕਲ ਚਲਾ ਤਾ 300 ਕਿਲੋਮੀਟਰ, ਹੁਣ ਪੈਟਰੋਲ ਪੰਪ 'ਤੇ ਰੁਕੇ ਤੇ ਯਾਰ, ਪਾਣੀ ਦੀ ਪਿਆਸ ਲੱਗ ਗਈ ਤੀ, ਇੱਥੇ ਕਿਤੇ ਸ਼ਾਮ ਵੀ ਨਹੀਂ ਹੈਗੀ, ਅਤੇ ਹੁਣ ਪਾਣੀ ਪੀ ਰਹੇ ਯਾਰ, ਪਾਣੀ ਚੱਲ ਵਧੀਆ ਮਿਲ ਗਿਆ, ਠੰਡਾ ਜਿਹਾ, ਪਵਿੱਤਰ ਦਾ ਵੀ ਨਾਸ ਵੱਜਿਆ ਪਿਆ, ਕਹਿੰਦਾ ਮੈਨੂੰ ਨਾ ਲਈ ਵਿੱਚ, ਬਾਹਲਾ ਬੁਰਾ ਹਾਲ ਹੈ ਯਾਰ। ਅਤੇ ਹੁਣ ਦੇਖਦੇ ਅੱਧਾ ਘੰਟਾ ਕਰਦੇ ਆ ਰੈਸਟ ਮਿੱਤਰੋ, 300 ਹੀ ਚਲਾ ਤਾ, 1000 ਤਾਂ ਜਾਂ ਤੁਰੇ, ਸਿਰਫ 3 ਕਿਲੋਮੀਟਰ ਰਹਿ ਗਿਆ, ਅਤੇ ਉਹ ਤੋਂ ਬਾਅਦ ਰੈਸਟ ਹੀ ਕਰਕੇ ਯਾਰ ਅੱਧਾ ਘੰਟਾ ਹੁਣ ਤੁਰਦੇ ਆ ਫਿਰ। ਮਿੱਤਰੋ ਇੱਕ ਗੱਲ ਹੋਰ ਆ, ਅਸੀਂ ਜਿੱਥੇ ਵੀ ਰੁਕੀਏ ਬਾਈ, ਹਰੇਕ ਬੰਦਾ ਪੁੱਛਦਾ ਵੀ ਹਾਂ ਬਾਈ ਕਿੱਥੇ ਜਾਣਾ ਹੈ, ਅਸੀਂ ਕਹਿ ਦਿੰਦੇ ਨਾ ਐਂ ਪੁੱਛਦੇ ਹੁੰਦੇ ਬਾਈ ਠੰਡ ਕਿੱਥੇ ਸ਼ੁਰੂ ਹੋਣੀ ਹੈ, ਬਾਈ ਕਹਿ ਦਿੰਦਾ ਬਾਈ ਹਲੇ ਤਾਂ ਕਸ਼ਮੀਰ ਤੱਕ ਵੀ ਨਹੀਂ ਠੰਡ, ਅਤੇ ਫਿਰ ਪੁੱਛਣ ਲੱਗ ਜਾਂਦੇ ਬਾਈ ਕਿੱਥੇ ਜਾਣਾ ਹੈ। ਮੇਨ ਸੀਗਾ ਅਸੀਂ ਤਾਂ ਲੱਦਾਖ ਦਾ ਸੋਚਿਆ ਹੋਇਆ, ਲੇਹ ਦਾ, ਬਾਈ ਇਸ ਬਾਈ ਕਿਤੇ ਜਾਣਾ ਹੈ, ਇੱਦਾਂ ਬੋਲਦੇ ਤਾਂ ਝੋਟੀ ਸੀਗਾ, ਇਹੀ ਝੋਟੀ ਛੂਕਦੀ ਜਾਣੀ, ਇਹੀ ਚੀਕਦੀ ਜਾਊ, ਪੂਰੀ ਲਾਟਾਂ ਵੱਢਦੀ, ਰਿਕਾਰਡ ਪੈਦਾ ਕਰਨੇ ਯਾਰ। ਲੋਕ ਸਾਈਕਲਾਂ 'ਤੇ ਚਲੇ ਜਾਂਦੇ ਪੱਟਾਂ ਦੇ ਜੋਰਨ, ਹੈ ਇਹ ਪੰਜਾਬ ਹੈ, ਪੰਜਾਬ ਮਿੱਤਰੋ ਚੀਕਾਂ ਮਰਾ ਦਿੰਦੇ ਆ, ਇਹਦੀਆਂ ਚੀਕਾਂ ਮਰਾ ਕੇ ਜਾਣਾ। ਮਿੱਤਰੋ ਪੈਟਰੋਲ ਪੰਪ 'ਤੇ ਨਿਕਲ ਗਏ ਅਤੇ ਰਾਸਤੇ 'ਚ ਛਬੀਲ ਵੀ ਮਿਲ ਗਈ, ਮਿੱਠੇ ਪਾਣੀ ਦੀ ਐਨਰਜੀ ਹੋਰ ਮਿਲ ਗਈ, ਅਤੇ ਹਾਲ ਦੇਖੋ ਮਿੱਤਰੋ, ਪਹੁੰਚ ਗਿਆ ਜੰਮੂ। ਅਤੇ ਯਾਰ ਇੱਕ ਚੀਜ਼ ਬਾਈ ਨੇ ਹੋਰ ਦੱਸੀ, ਕਹਿੰਦਾ ਤੁਹਾਨੂੰ ਯਾਰ ਪਤਾ ਨਹੀਂ ਜਾਣ ਦੇਵੇ ਜਾਂ ਨਹੀਂ ਜਾਣ ਦੇਵੇ, ਕਿੱਥੇ ਦੇ ਚੱਲ ਰਿਹਾ, ਅਮਰਨਾਥ ਦੀ ਯਾਤਰਾ ਚੱਲ ਰਹੀ ਹੈ ਨਾ, ਵੀ ਉਹਦੇ ਕਰਕੇ ਕਹਿੰਦਾ ਤੁਹਾਨੂੰ ਰੋਕ ਨਾ ਲਵੇ। ਅਸੀਂ ਕਿਹਾ ਯਾਰ ਬਾਈ ਤੂੰ ਨਾ ਆਏ ਬੋਲੇ ਯਾਰ, ਚਲੇ ਜਾਣ ਦੇਵੇ, ਆਹ ਚੈੱਕ ਕਰੋ, ਬਾਕੀ ਸਿਰਾ ਗੱਲਬਾਤ ਨਾ ਯਾਰ ਪੂਰੀ ਜਮਾਂ ਹੀ ਐਂਡ ਹੋਈ ਪਈ ਆ, ਐਂਡ ਹੁਣ ਬਾਬੇ ਦੀ ਮਿਹਰ ਨਾਲ ਤੁਰੇ ਦਾ ਹੋਏ ਆ। ਅਤੇ ਮਿੱਤਰੋ ਪਤਾ ਕਿੰਨਾ ਵੱਟ ਦਾ ਨਾਸ ਵੱਜ ਗਿਆ ਯਾਰ, 350 ਕਿਲੋਮੀਟਰ ਚਲਾ ਤਾ, ਬਸ ਹੁਣ ਸਾਨੂੰ ਜਾਣ ਦੇ ਦਿੱਤੀ ਯਾਰ, ਉਹੀ ਕੰਮ ਨਾ ਹੋ ਜਾਵੇ ਕਿਤੇ ਰੋਕ ਦੂਵੇ ਯਾਰ। ਹਾਲੇ ਤੱਕ ਗਰਮੀਓ ਹੈ ਦੇਖ ਲਓ, ਪਹਾੜੀ ਏਰੀਆ ਤਾਂ ਆ ਗਿਆ ਪਰ ਗਰਮੀਓ ਹੈ ਰੁਕਣੇ, ਜਿਵੇਂ ਆਪਣੇ ਹੈ 350 ਕਿਲੋਮੀਟਰ ਆ ਗਏ ਪਰ ਗਰਮੀ ਨਹੀਂ ਗਈ ਹਾਲੇ ਤੱਕ, ਅਤੇ ਟਾਈਮ ਹੋ ਗਿਆ 5:30 ਦਾ, ਅਸੀਂ 6:30 ਦੇ ਪਹਿਲਾਂ ਕਹਿੰਦੇ ਹਾਂ ਬਣ ਜਾਵੇ ਯਾਰ ਗੱਲ। ਜੰਮੂ ਆਪਾਂ ਟੱਪੇ ਇਹਦੇ ਕਸ਼ਮੀਰ ਵਾਲੇ ਰਾਹ ਨੂੰ ਪਏ ਹੋਏ ਆ, 100 ਕਿਲੋਮੀਟਰ ਪਿਆ ਕਸ਼ਮੀਰ ਇੱਥੋਂ। ਇੱਧਰੋਂ ਫੋਨ ਵੀ ਡਾਊਨ ਹੋ ਗਿਆ, ਇਹਦਾ ਬੈਗ ਵੀ ਇੱਕ ਤਾਂ ਬੰਨੇ ਹੋਏ ਆ, ਇਹਨੇ ਰੀੜੀ ਵਿੱਚ ਰੱਖੀ ਹੋਈ ਹੈ ਯਾਰ, ਫੋਨ 10% ਰਹਿ ਗਿਆ ਪਿੱਛੇ ਵਾਲਾ, ਮਾਹੌਲ ਵੀ ਤਾਂ ਨਹੀਂ ਦਿਖਾ ਹੋਇਆ ਇੱਦਾਂ, ਅਤੇ ਹੁਣ ਚੱਲਦੇ ਯਾਰ, ਪਾਣੀ ਪੂਣੀ ਪੀ ਲਿਆ ਤਾਂ ਪੰਪ 'ਤੇ। ਇੱਧਰੋਂ ਆਪਣੇ ਟਰੱਕ ਵੀਰ ਵਾਲੇ ਪਿੱਛੇ ਤੱਕ ਅਸੀਂ ਦੇਖਦੇ ਆਉਂਦੇ ਹਾਂ, ਘੱਟੋ ਘੱਟ 250-300 ਟਰੱਕ ਹੋਣਾ, ਅਤੇ ਬੰਦੇ ਯਾਰ ਇੱਥੇ ਪਾਗਲ ਬਣਾਉਣ ਵਾਲੇ ਵੀ ਬਾਹਲੇ ਹੈ। ਅਤੇ ਬੰਦੇ ਨੇ ਸਾਨੂੰ ਇੱਕ ਨੇ ਕਿਹਾ ਤਾਂ, ਕਹਿੰਦਾ ਬਾਈ 250-300 ਕਿਲੋਮੀਟਰ ਭਲਾ ਚਲੇ ਜਾਓ, ਕਹਿੰਦਾ ਮੌਸਮ ਠੰਡਾ ਨਹੀਂ ਆਉਣਾ, ਆਹੀ ਕੁਛ ਆਉਣਾ ਹੈ ਕਹਿੰਦਾ। ਅਤੇ ਮੌਸਮ ਵਾਲਾ ਮਿੱਤਰੋ ਕਹਿਰ ਹੋਇਆ ਪਿਆ ਇੱਧਰ,
ਹੁਣ ਰੂਹ ਖੁਸ਼ ਹੋਈ ਆ ਮਿੱਤਰ, ਐਨਕਾਂ ਹੋ ਗਈਆਂ, ਚੱਪਲਾਂ ਚੁੱਪਲਾਂ ਬੋਤਲਾਂ ਬੋਤਲਾਂ ਬਹੁਤ ਕੁਛ ਹੋ ਗਿਆ। ਮੈਂ ਤਾਂ ਯਾਰ ਚੱਪਲਾਂ ਨਵੀਆਂ ਲੈ ਕੇ ਆਇਆ ਤਾਂ 400 ਰੁਪਏ ਦੀਆਂ, ਉਹ ਗਿਰ ਗਈਆਂ। ਹੁਣ ਮਾੜਾ ਯਾਰ ਮੂਡ ਐਨ, ਹੁਣ ਮਤਲਬ ਖੁਸ਼ ਆ ਅਸੀਂ, ਹੈਪੀ ਆ। ਪਹਿਲਾਂ ਯਾਰ ਸਾਨੂੰ ਐਂ ਹੋ ਗਿਆ, ਕੋਈ ਕਹਿੰਦਾ ਬਾਈ ਆਉਣਾ ਨਹੀਂ ਤੁਸੀਂ, ਇੱਦਾਂ ਹੀ ਮੁੜੇ ਆਉਣਾ। ਅਤੇ ਬਾਕੀ ਮਿੱਤਰੋ ਕਹਿਰ ਹੋਇਆ ਪਿਆ, ਆਏ ਹਾਏ ਹੋਏ ਹੁਣ ਆਈਆਂ ਠੰਡੀਆਂ ਮਾਮਾ ਨਜ਼ਾਰੇ। ਕਹਿੰਦੇ ਮਿੱਤਰੋ ਇਹ ਦੇਖੋ ਕਸ਼ਮੀਰ ਦੇ, ਕਹਿੰਦੇ ਬੱਦਲ ਗੱਲਬਾਤ ਐਡ ਬੜਾ ਪਹਾੜ ਹੈ ਨਾ, ਬੱਦਲਾਂ ਨੇ ਵੀ ਲੁਕੋਇਆ ਪਿਆ ਹੈ। ਪੰਜਾਬ ਵਾਲੇ ਉਹ ਠੰਡ 'ਚ ਆ ਗਏ ਜੱਸੇ ਉੜੀ ਦਾ, ਕਹਿੰਦੇ ਕਸ਼ਮੀਰ 'ਚ ਆ ਗਏ। ਗਰਮੀ ਗੁਰਮੀ ਕਿੰਨੀ ਕਰਾ ਬਾਈ, ਗਰਮੀ ਅਸੀਂ ਵੀ ਬਾਹਲੀ ਕੱਟੀ ਆ। ਤੁਹਾਨੂੰ ਸੱਚੀ ਗੱਲ ਦੱਸਾਂ, ਮੀਟਰ ਚੈੱਕ ਕਰ ਲਓ, 360 ਚੱਲ ਗਿਆ ਅਤੇ 20 ਕਿਲੋਮੀਟਰ ਜਿਹੜਾ ਆਏ ਆ ਹੁਣ ਠੰਡ ਆਈ ਆ। ਪਹਿਲਾਂ ਗਰਮੀ 'ਚ ਬਾਈ ਨਾਸ ਵੱਜਿਆ ਪਿਆ ਤਾ, ਬਾਹਲਾ ਡੀਮੋਟੀਵੇਟ ਦਾ, ਲੋਕ ਬਾਹਲਾ ਕਰਦੇ ਗਰਮੀਓ ਯਾਰ ਬਾਹਲੀ ਸੀ। ਹੁਣ ਮਾੜਾ ਕਹਿਰ ਆਇਆ, ਹੁਣ ਨਾ ਉਰੇ ਅਸੀਂ 10 ਕੁ ਕਿਲੋਮੀਟਰ 'ਤੇ ਵੀ ਜੇ ਪਹਿਲਾਂ ਉਹ ਬ੍ਰਿਜ ਕਿੰਨਾ ਘੈਂਟ ਹੈ ਉਹ ਬਾਈ, ਜਮਾਂ ਹੀ ਕਹਿਰ ਹੋਇਆ ਪਿਆ ਜੱਸਿਆ, ਆਉਂਦਾ ਆਪਣੇ ਆਪ 'ਤੇ ਮਾਣ ਹੋਈ ਜਾਂਦਾ। ਇਹ ਪੰਜਾਬੀ ਉਰੇ ਆ ਗਏ ਹੁਣ ਮਿੱਤਰੋ, ਖੱਤੀ ਪਾਉਣ ਬਸ ਸਾਨੂੰ ਅੱਗੇ ਐਂਟਰੀ ਮਿਲ ਜੇ ਹੁਣ ਧੱਕ ਪਾ ਦਾਂਗੇ ਤੁਹਾਨੂੰ, ਇੱਕ 'ਤੇ ਇੱਕ ਚੀਜ਼ ਦਿਖਾਵਾਂਗੇ, ਇੱਕ 'ਤੇ ਇੱਕ ਚੀਜ਼। ਬਾਬੇ ਉਹ ਫੋਟੋਆਂ ਫੋਟੋਆਂ ਖਿੱਚ ਲਈਆਂ, ਮਾਹੌਲ ਵਾਲਾ ਕੈਮ ਹੈ। ਅੱਗੇ ਚੱਲਦੇ ਆ, ਉਹ ਬਾਈ ਨੇ ਦੱਸਿਆ ਜੂਸ ਵਾਲਾ ਆ ਗਿਆ ਤਾਂ ਬਾਈ ਕੋਲ, ਉਹ ਬਾਈ ਕਹਿੰਦਾ ਅੱਗੇ ਨਾ ਮਤਲਬ ਆਪਣੇ ਪੰਜਾਬੀਆਂ ਦਾ ਹੀ ਲੰਗਰ ਹੈ, ਕਹਿੰਦਾ ਵੀਰ ਉੱਥੇ ਰਹਿ ਜੇ, ਉੱਥੇ ਪੈਣੇ ਪੁਣੇ ਨੂੰ ਵੀ ਆ, ਬਾਕੀ ਦੇਖਦੇ ਜਾ ਕੇ ਯਾਰ ਕਿੱਥੇ ਕਿਨੂੰ ਆ। ਮੰਦਿਰ 'ਚ ਕਹਿੰਦੇ ਲਾਇਆ ਹੋਇਆ ਉਹਨਾਂ ਨੇ, ਬੰਦੇ ਘੈਂਟ ਹੈ ਅਤੇ ਬਾਕੀ ਦੇਖਦੇ ਆ, ਮੌਸਮ ਵਾਲਾ ਘੈਂਟ ਹੈ। ਅਤੇ ਹੁਣ ਚੱਲਦੇ ਇੱਧਰ, ਪਵਿੱਤਰ ਵੀ ਤਿਆਰ ਹੋ ਗਏ ਅਤੇ ਹੁਣ ਮਾਰਦੇ ਮੋਟਰਸਾਈਕਲ ਦੀ ਸੜਕ ਵੀ ਚੱਲਦੇ ਆ। ਬਾਕੀ ਆਹ ਚੈਨਲ ਨੂੰ ਬਾਬੇ ਉਹ ਕਰ ਲਓ ਸਬਸਕ੍ਰਾਈਬ, ਆਲੇ ਨੂੰ ਕਰ ਲਓ ਠੀਕ ਹੈ, ਇੰਸਟਾ ਉਸਟਾ 'ਤੇ ਵੀ। ਆਹ ਢਾਬੇ 'ਤੇ ਰੁਕੇ ਹੁਣ ਕਸ਼ਮੀਰ, ਪਾਉਣ ਥੈਲੇ ਮਾਂ 'ਤੇ ਗੱਡੀ ਟੈਂਟ, ਪਹਿਲਾਂ ਆਹ ਜਗਾੜ ਲਾਇਆ ਹੋਇਆ ਸਰ ਹੀ ਹੈ ਜਮਾਂ ਹੀ, ਐਂਡੇ ਗੱਲਬਾਤ ਹੋਈ ਪਈ ਹੈ, ਬੰਦੇ ਘੈਂਟ ਹੈ ਢਾਬੇ ਵਾਲੇ ਬਾਈ ਨੂੰ। ਢਾਬੇ ਪਹਿਲਾਂ ਪੀ ਲਈਏ ਚਾਹ, ਉਹਦੇ ਬਾਅਦ ਲਾਉਂਦੇ ਆ ਟੈਂਟ ਟੁੰਟ ਦਾ ਕੰਮ ਹੀ ਕਰਦੇ ਆ ਜੀ ਪੀ ਲਈ, ਅਤੇ ਮਤਰੋਂ ਹੁਣ ਲਾ ਲਈਏ ਪਹਿਲਾਂ ਟੈਂਟ। ਗਾਈ ਟੈਂਟ ਟੁੰਟ ਵਾਲਾ ਕੰਮ ਕਰਤਾ, ਓਕੇ ਟੈਂਟ ਲਾ ਤਾ, ਕੰਮ ਕਿਹੜਾ। ਅਤੇ ਆਹ ਬਾਈ ਉਹਨਾਂ ਕੋਲ ਰੁਕੇ ਅੱਜ, ਹੋਰ ਬਾਈ ਕਾਇਮ ਹੈ, ਓਕੇ ਹੈ, ਅਤੇ ਸਮਾਨ ਸਮੂਨ ਰੱਖ ਦਈਏ ਹੁਣ ਯਾਰ, ਕੰਮ ਕਿਹੜਾ ਇੱਥੇ ਆਪਾਂ। ਇੱਥੋਂ ਕਿੰਨਾ ਹੋਊਗਾ ਯਾਰ ਲੇ, ਛੇ ਸੌ ਕਿਲੋਮੀਟਰ ਹੈ ਇੱਥੋਂ ਲੇ, ਅਤੇ ਕੱਲ੍ਹ ਨੂੰ ਵੱਧ ਆ ਸ਼੍ਰੀਨਗਰ ਨੂੰ। ਆਪਾਂ ਨੇ ਸਮਾਨ ਸਮੂਨ ਕੱਢ ਲਿਆ ਅਤੇ ਬਣਾਉਣ ਲੱਗੇ, ਅਤੇ ਪੋਹਾ ਆ ਵੀ ਲਾ ਲਈ ਤੀ। ਬਾਈ ਕਹਿੰਦਾ ਯਾਰ ਲੋੜ ਨਹੀਂ ਹੈਗੀ, ਕਹਿੰਦਾ ਸਿਲੰਡਰ ਸਲੁੰਡਰ ਸਾਡਾ ਯੂਜ਼ ਕਰੋ। ਅਤੇ ਬਾਈ ਹੋਣੀ ਬਾਈ ਬਹੁਤ ਸਪੋਰਟ ਕਰ ਰਹੇ ਹੈ, ਇਹਨਾਂ ਦੇ ਢਾਬੇ 'ਤੇ ਜ਼ਰੂਰ ਆਇਓ ਜੇ ਆਪ ਵੀ ਆਉਣਾ ਹੋਇਆ। ਇੱਧਰ ਕੀ ਕਲਾੜੀ ਹੋਤੀ ਹੈ, ਬਹੁਤ ਦੇਸੀ ਮੂਲ ਕੀ ਹੋਤੀ ਹੈ, ਜੋ ਜੰਮੂ ਕੀ ਫੇਮਸ ਕੀ ਡਿਸ਼ ਹੈ ਵੋ। ਅੱਛਾ ਅੱਛਾ, ਇੱਧਰ ਮਿਲਤੀ ਹੈ 60 ਰੁਪਏ ਕੀ, ਠੀਕ ਹੈ। ਐਸੇ ਅਗਰ ਕਿਸੀ ਨੇ ਕੇਜੀ ਕੇ ਹਿਸਾਬ ਸੇ ਲੈਣੀ ਹੋਗੀ, ਵੋ ਹੈ 400 ਰੁਪਏ ਕੇਜੀ ਲਗੇਗੀ। ਅੱਛਾ, ਬਾ ਠੀਕ ਹੈ। ਅਤੇ ਕਿਆ ਮਸ਼ਹੂਰ ਹੈ ਆਪਣੀ ਕਿਹੜੀ ਬਿਮਾਰੀਆਂ ਦੇ ਕਹਿੰਦਾ ਤਾਂ ਕਿਹੜੀ ਹੈ? ਅੱਛਾ ਇਹ ਚਟਨੀ ਮਸ਼ਹੂਰ ਹੈ ਇੱਧਰ ਦੀ,
ਅੱਛਾ ਬਾਈ ਉਹਨਾਂ ਨੇ ਕੰਮ ਪੂਰਾ ਚੱਕਿਆ ਹੋਇਆ ਇੱਧਰ ਮੁੜ ਚੜਣੀ ਔਰ ਨਾਰਦਾਨੇ ਚੜਣੇ ਜੰਮੂ ਕਸ਼ਮੀਰ ਚ ਫੇਮਸ ਖਿਡਾਰੀ ਕੁਲਚਾ ਤੇ ਨੰਬਰ ਮਿਲੂਗਾ ਇੱਕ ਤੇ ਨੰਬਰ ਇਹ ਜੀ ਹੈ ਟਿੰਬਰੂ ਇਹਦੀ ਚੜਣੀ ਹੈ ਟਿੰਬਰੂ ਦੀ ਇਹਦੀ ਚੜਣੀ ਬਣਦੀ ਹੈ ਮਿਕਸ ਦੇ ਨਾਲ ਬਣਾਉਂਦੇ ਅਸੀਂ ਅੱਛਾ ਹਰੀ ਮਿਰਚ ਪੈਂਦੀ ਹੈ ਬਹੁਤ ਵਧੀਆ ਐਨ ਓਕੇ ਹੈ ਪੂਰੀ ਓਕੇ ਚੱਲ ਵਧੀਆ ਬਾਈ ਇੱਕ ਸਿੱਧੂ ਮੂਸੇ ਵਾਲਾ ਫੈਨ ਹੈ ਪੂਰਾ ਕਹਿੰਦੇ ਮੂਸੇ ਵਾਲਾ ਦਾ ਫੈਨ ਚੜਾਈ ਆ ਪੂਰੀ ਵਧੀਆ ਵਧੀਆ ਬਾਈ ਪੋਹਾ ਹੋ ਗਿਆ ਤਿਆਰ ਇੱਧਰ ਬਾਈ ਹੋਣੀ ਤੇ ਲੱਗ ਗਏ ਹਾਂ ਸਵਾਦ ਹੈ ਬਣੀ ਗੱਲ ਇੱਕ ਨੰਬਰ ਚੀਜ਼ ਬਣੀ ਹੈ ਇੱਕ ਨੰਬਰ ਭਾਇਆ ਭਾਸਮ ਇੱਕ ਨੰਬਰ ਬਣੀ ਹੈ ਔਰ ਬਾਈ ਨੂੰ ਚੱਕ ਕਰ ਲਓ ਉਹ ਵੀ ਬਾਈ ਨੂੰ ਅਸੀਂ ਡਾਲ ਦਿੱਤੀ ਉੱਪਰ ਹੁਣ ਟਿੰਬਰੂ ਦੀ ਚੜਨੀ ਟਿੰਬਰੂ ਦੀ ਬਾਈ ਨੇ ਚੜਨੀ ਡਾਲਤੀ ਇਹ ਕਹਿੰਦਾ ਬਿਮਾਰੀਆਂ ਬੂਰੀਆਂ ਦੀ ਵੀ ਰੋਗ ਤੋੜ ਦਿੰਦੀ ਹੈ ਜਿਹਨੂੰ ਹੋਵੇ ਬਿਮਾਰੀ ਦੀ ਆਏਗੀ ਨਹੀਂ ਬੰਦੇ ਦੇ ਕੋਲ ਨਹੀਂ ਆਏਗੀ ਇਹਦੇ ਨਾਲ ਜਮਾਂ ਹੀ ਚੱਕ ਕੇ ਦਿੰਦੀ ਹੈ ਜਮਾਂ ਚੱਕ ਕੇ ਗੱਲਬਾਤ ਬਣ ਗਈ ਚੱਲ ਵਧੀਆ ਹਾਂ ਓਕੇ ਹੈ ਚੱਲ ਹਾਂ ਹਾਂ ਖਾ ਲੈਂਦੇ ਮੁੰਡੇ ਲਾਗੇ ਖਾਣ ਆਪਾਂ ਵੀ ਖਾ ਲਈਏ ਪਾ ਗਏ ਹੁਣ ਕਹਿੰਦੇ ਓਕੇ ਆ ਰਿਪੋਰਟਾਂ ਜਮਾਂ ਤੇ ਇੱਧਰ ਪਵਿੱਤਰ ਮੇਰਾ ਉਹ ਇੰਸਟਾਗ੍ਰਾਮ ਕਰਾਉਂਦਾ ਇੱਧਰੋਂ ਆਪਾਂ ਆ ਗਏ ਆ ਕਸ਼ਮੀਰ ਅਤੇ ਆਪਾਂ ਨੇ ਲਾ ਲਿਆ ਆਪਣਾ ਟੈਂਟ ਜਰੂਰ ਗਿਆ ਬਾਈ ਉਹਨਾਂ ਦੇ ਢਾਬੇ 'ਚ ਇਹ ਬਾਈ ਹੋਣੀ ਬਾਹਲੇ ਘੈਂਟ ਬੰਦੇ ਆ ਪੂਰੇ ਹਾਂ ਓਕੇ ਹੈ ਓਕੇ ਰਿਪੋਰਟਾਂ ਪੂਰੀਆਂ ਅਤੇ ਬਾਈ ਉਹਨਾਂ ਨੂੰ ਖਿਲਾਇਆ ਅੱਜ ਪੋਹਾ ਕਿਵੇਂ ਲੱਗਿਆ ਸਿਰਾ ਅਤੇ ਬਾਈ ਹੋਣੀ ਬਾਈ ਬਾਹਲੇ ਘੈਂਟ ਬੰਦੇ ਆ ਜਿਹਨੇ ਵੀ ਕਸ਼ਮੀਰ ਆਉਣਾ ਹੈ ਬਾਈ ਇਹਨਾਂ ਦੇ ਕੋਲ ਜ਼ਰੂਰ ਰੁਕ ਕੇ ਜਾਇਓ ਬਾਈ ਕਿਹਾ ਹੈ ਆਪਣਾ ਆਈ ਡੀ ਵੀ ਬਾਈ ਦੀ ਮੈਂਸ਼ਨ ਕਰ ਦੇਣੀ ਤੈਨੂੰ ਹਾਂ ਤੇ ਬਾਈ ਸਿੱਧੂ ਮੂਸੇਵਾਲ ਦਾ ਕੱਟੜ ਫੈਨ ਹੈ ਪੂਰਾ ਕੱਟੜ ਫੈਨ ਕੱਟੜ ਐ ਓਕੇ ਯਾਰ ਮੋਟਾ ਆ ਚਾਕ ਕੇ ਹਿਮਾਚਲ ਜਾਣਾ ਕਰੋ ਬੰਦ ਹਾਂ ਦੌੜ ਦੌੜ ਕੇ ਆਓ ਜੰਮੂ ਕਸ਼ਮੀਰ ਦੌੜ ਦੌੜ ਹਾਂ ਬਾਈ ਕਹਿੰਦਾ ਹਿਮਾਚਲ ਜਾਣਾ ਕਰੋ ਬੰਦ ਤੇ ਜੰਮੂ ਕਸ਼ਮੀਰ ਆਓ ਦੌੜ ਦੌੜ ਕੇ ਨਾਲੇ ਬਾਈ ਉਹਨਾਂ ਦੇ ਕੋਲ ਆਓ ਯਾਰ ਤੇ ਬਾਈ ਉਹਨਾਂ ਨੇ ਇੱਕ ਚਟਣੀ ਖਿਲਾਈ ਆ ਬਾਈ ਕਿਆ ਨਾਮ ਹੈ ਉਹਦਾ ਟਿੰਬਰੂ ਦੀ ਚਟਣੀ ਟਿੰਬਰੂ ਦੀ ਚਟਣੀ ਉਹ ਕਾਹਦੇ ਵਾਸਤੇ ਆ ਜਾ ਸ਼੍ਰੀਨਗਰ ਨੂੰ ਆਪਾਂ ਜਾਂਦੇ ਨਾ ਰਾਸਤੇ ਚ ਆਉਂਦਾ ਇਹ ਕੱਟ ਤੇ ਆਉਂਦਾ ਇਹ ਓਕੇ ਰਿਪੋਰਟਾਂ ਪੂਰੀਆਂ ਮਿੱਤਰੋ ਆਹ ਬਾਈ ਦੱਸਣ ਲੱਗਿਆ ਆਪਾਂ ਨੂੰ ਚਟਣੀ ਦਾ ਜਿਹੜੀ ਮੇਨ ਚਟਣੀ ਆ ਵੀ ਕੀ ਪੈਣਾ ਇਹਦੇ ਚ ਹਨਾ ਵੀ ਕੀ ਪਾਉਣਾ ਬਸ ਦਿਖਾਉਂਗਾ ਨਮਕ ਗਿਆ ਗਰਮ ਓਕੇ ਅੱਛਾ ਅੱਛਾ ਕਰੋ ਚੈੱਕ ਬਾਬੇ ਪਹੁੰਚੋ ਫਿਰ ਜਲਦੀ ਡਾਲ ਤੇ ਬਾਬੇ ਬੰਦੇ ਨੇ ਪਿਆਜ਼ ਤੇ ਹਰੀ ਮਿਰਚ ਹੁਣ ਇਹਦੇ ਚ ਕਰੋ ਚੈੱਕ ਬਣਾਤੀਆਂ ਓਕੇ ਰਿਪੋਰਟਾਂ ਹੋ ਗਿਆ ਡਨ ਜਿਹੜੀ ਮਸ਼ਹੂਰ ਹੈਗਾ ਸਭ ਤੋਂ ਜ਼ਿਆਦੇ ਹੈ ਟਿੰਬਰੂ ਦੀ ਚਟਣੀ ਨਾਲ
ਕਰ ਪਿੱਤਰ ਚੈੱਕ ਜੀ ਇੱਧਰ ਪੂਰੀ ਬਣ ਗਈ ਅਸੀਂ ਇਹ ਚੈੱਕ ਕਰਾਵਾਂਗੇ ਆਪਣੇ ਵੱਡੇ ਜੀ ਕਰੋ ਚੈੱਕ ਲਓ ਬਾਈ ਕਰ ਚੈੱਕ ਇਹ ਚੀਜ਼ ਬਣਵਾਈ ਹੈ ਤੇਰੇ ਵਾਸਤੇ ਕਰੋ ਵੱਡੇ ਬਾਈ ਚੈੱਕ ਪਿਓਰ ਵੈਜ ਹੈ ਹਾਂ ਪਿਓਰ ਦੁੱਧ ਦਾ ਇਹ ਦੁੱਧ ਦਾ ਉਹ ਪਿਓਰ ਵੈਜ ਹਾਂ ਇੱਧਰ ਬੰਦੇ ਨੇ ਕਹਿੰਦੇ ਲੈ ਚੱਕ ਵੀਡੀਓ ਤੇ ਵੀਡੀਓ ਚੱਲ ਰਹੀਆਂ ਪੂਰੀਆਂ ਚਕਾ ਦੇ ਸ਼ੇਰ ਵਾਲਾ ਕੰਮ ਖਿਚਾ ਕੇ ਰੱਖਿਆ ਕਿ ਨਹੀਂ ਪੂਰਾ ਕਹਿਰ ਹਾਂ ਸ਼ੇਰ ਵਾਲਾ ਕੰਮ ਰੁਕਣਾ ਨਹੀਂ ਚਾਹੀਦਾ ਬੰਦਾ ਕਹਿੰਦਾ ਕਹਿਰ ਲਿਆ ਚੈੱਕ ਕਰੀਏ ਕਰ ਇਹਨੂੰ ਮੜਾ ਖੋਲ ਐਨ ਪੂਰੇ ਨਾਲ ਯਾਰ ਚਟਣੀ ਸਿਰੇ ਵਾਲੀ ਹੈਗਾ ਚੁੱਪ ਬਾਈ ਦਾ ਐਡਰੈਸ ਸੁਣ ਦੇ ਗੁਰੂ ਕਿਰਪਾ ਵੈਸ਼ਨੂੰ ਢਾਬਾ ਹੈ ਬਾਈ ਇਹਨਾਂ ਦਾ ਤੇ ਕੰਮ ਪੂਰਾ ਬਾਈ ਨਾ ਇੱਕ ਨੰਬਰ ਕਰਕੇ ਦਿੰਦੇ ਹਰੇਕ ਚੀਜ਼ ਮੈਂ ਐਨ ਗੱਲਬਾਤ ਸਿਰਾ ਲਾ ਕੇ ਦਿੰਦੇ ਦਿਖਾ ਚੀਜ਼ ਦਿਖਾ ਨਾਲੇ ਆਹ ਚੈੱਕ ਕਰੋ ਦੁੱਧ ਵਾਲੀ ਚੀਜ਼ ਬਣਾਤੀ ਗੱਲਬਾਤ ਪੂਰੀ ਐਂਡ ਜਮਾਂ ਹੀ ਵੱਟ ਕਰਤੇ ਬਾਈ ਜਮਾਂ ਐਂਡ ਤੇ 11 ਵੱਜਣ ਵਾਲੇ ਤੇ ਹੁਣ ਪੈ ਜਾਈਏ ਮਿੱਤਰੋ ਪਵਿੱਤਰ ਵੜ ਗਿਆ ਟੈਂਟ 'ਚ ਆਪਾਂ ਵੀ ਸੌਂ ਜਾਈਏ ਤੇ ਬਲੌਗ ਕਰਦੇ ਗਾਈ ਜਿੱਥੇ ਐਂਡ ਮਿਲਦੇ ਕੱਲ੍ਹ ਨੂੰ ਅਗਲੇ ਬਲੌਗ ਨਾਲ ਓਕੇ ਫਿਰ ਟਾਟਾ ਸੌਂ ਜਾਓ ਹੁਣ ਤੁਹਾਡੇ ਨਾਲ ਵੀ ਬਾਈ ਮਿਲ ਕੇ ਪੂਰਾ ਐਨ ਘੈਂਟ ਲੱਗਿਆ ਬੰਦੇ ਪੂਰੇ ਘੈਂਟ ਆ ਮਿੱਤਰੋ ਦੋਏ।